ਬਰਾੜ ਸਾਹਿਬ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬੀਤੇ ਕੱਲ੍ਹ ਇੱਕ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਓਲੰਪਿਕਸ ਜਿਹੜੇ ਜੇਤੂ ਖਿਡਾਰੀ ਨੇ ਉਹਨਾਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਮੈਂ ਉਹਨਾਂ ਨੂੰ ਖੁਦ ਖਾਣਾ ਖਵਾ ਕੇ ਜਿਹੜੀਆਂ ਉਹਨਾਂ ਨੂੰ ਖਾਣਾ ਆਪ ਬਣਾ ਕੇ ਖਵਾਵਾਂਗਾ। ਤੁਸੀਂ ਸੂਬੇ ਦੇ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਹਮੇਸ਼ਾ ਇਲਜ਼ਾਮ ਇਹ ਲੱਗਦਾ ਪੰਜਾਬ ਸਰਕਾਰ ਉੱਤੇ, ਪੰਜਾਬ ਦੀਆਂ ਸੱਤਾਧਿਰ ਪਾਰਟੀਆਂ 'ਤੇ, ਕਿ ਉਹਨਾਂ ਨੇ ਜਿਹੜੀਆਂ ਸਹੂਲਤਾਂ ਨੇ ਖਿਡਾਰੀਆਂ ਨੂੰ ਮਿਲਣ ਵਾਲੀਆਂ ਉਹ ਚੰਗੀਆਂ ਨਹੀਂ ਦਿੱਤੀਆਂ। ਇਸ ਕਾਰਨ ਗੁਆਂਢੀ ਸੂਬੇ ਹਰਿਆਣੇ ਦੇ ਵੱਲੋਂ ਖੇਡਣਾ ਜਿਹੜੇ ਖਿਡਾਰੀ ਨੇ ਉਹ ਜ਼ਿਆਦਾ ਪਸੰਦ ਕਰਦੇ ਆ। ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿੱਥੋਂ ਤੱਕ ਤਾਂ ਗੱਲ ਹੈਗੀ ਆ ਕਿ ਪੰਜਾਬ ਦੇ ਵਿੱਚ ਖੇਡ ਸਹੂਲਤਾਂ ਦੀ ਅਤੇ ਦੇਸ਼ ਦੇ ਵਿੱਚ ਖੇਡ ਸਹੂਲਤਾਂ ਦੀ ਜੇ ਦੂਜੇ ਦੇਸ਼ਾਂ ਦੇ ਨਾਲ ਮੁਕਾਬਲਾ ਕਰੀਏ ਤਾਂ ਉਹ ਬਹੁਤ ਹੀ ਮਾੜੀ ਹਾਲਤ ਹੈਗੀ ਆ। ਦੂਸਰੇ ਦੇਸ਼ ਕੋਈ ਵੀ ਇਸ ਤਰ੍ਹਾਂ ਨਕਦ ਇਨਾਮ ਨਹੀਂ ਦਿੰਦਾ ਹੈਗਾ, ਤਾਂ ਨਕਦ ਇਨਾਮ ਦੇਣ ਦੀ ਜ਼ਰੂਰਤ ਹੀ ਨਹੀਂ ਪੈਂਦੀ, ਕਿਉਂਕਿ ਬੰਦੇ ਦੇ ਬਚਪਨ ਤੋਂ ਹੀ ਲੈ ਕੇ, ਬੱਚੇ ਦੇ ਬਚਪਨ ਤੋਂ ਹੀ ਲੈ ਕੇ ਉੱਥੇ ਸਹੂਲਤਾਂ ਹੁੰਦੀਆਂ। ਇਸ ਕਰਕੇ ਉਹਨਾਂ ਨੂੰ ਸਿਰਫ ਮਾਣ ਸਤਿਕਾਰ ਮਿਲਦਾ ਅਤੇ ਵੱਧ ਤੋਂ ਵੱਧ ਦੇ ਕੇ ਕਿਸੇ ਵਿਸ਼ੇਸ਼ ਟੂਰਨਾਮੈਂਟ ਲਈ ਕੁਝ ਇਨਾਮ ਮਿਲ ਜਾਂਦਾ, ਨੌਕਰੀ ਦੀ ਉੱਥੇ ਕੋਈ ਸਮੱਸਿਆ ਨਹੀਂ। ਸਾਡੇ ਦੇਸ਼ ਵਿੱਚ ਸਮੱਸਿਆ ਹੈਗੀ ਆ ਕਿ ਬੁਨਿਆਦੀ ਸਹੂਲਤਾਂ ਦੀ ਘਾਟ ਹੈਗੀ ਆ ਅਤੇ ਬੁਨਿਆਦੀ ਸਹੂਲਤਾਂ ਪੂਰੀਆਂ ਕਰਨੀਆਂ ਚਾਹੀਦੀਆਂ। ਮੰਨ ਲਓ ਹਾਕੀ ਦੇ ਸਾਡੇ ਕੋਲ ਐਸਟ੍ਰੋਟਰਫ ਬਹੁਤ ਥੋੜ੍ਹੇ ਨੇ ਕਿ ਜਿਹਦੇ ਉੱਤੇ ਵਿਦਿਆਰਥੀ ਪ੍ਰੈਕਟਿਸ ਕਰ ਸਕਣ। ਇਸੇ ਤਰ੍ਹਾਂ ਬਹੁ� ਸਾਰੇ ਬੱਚੇ ਜਿਹੜੇ ਗਰੀਬ ਘਰਾਂ 'ਚੋਂ ਆਉਂਦੇ, ਉਹਨਾਂ ਲਈ ਤਾਂ ਰੋਟੀ ਦਾ ਮਸਲਾ, ਖੁਰਾਕ ਦਾ ਮਸਲਾ ਵੱਡਾ ਹੁੰਦਾ ਅਤੇ ਉਹਨਾਂ ਨੂੰ ਬਚਪਨ ਤੋਂ ਖੁਰਾਕ ਚੰਗੀ ਦੇਣੀ ਚਾਹੀਦੀ ਹੈਗੀ। ਜਦੋਂ ਇੱਕ ਵਾਰ ਉਹ ਜਿੱਤ ਕੇ ਆ ਜਾਂਦੇ ਆ ਤਾਂ ਸਰਕਾਰਾਂ ਆਪਦੀ ਭੱਲ ਬਣਾਉਣ ਦੇ ਲਈ ਪੈਸੇ ਅਨਾਊਂਸ ਕਰਦੀਆਂ ਹੈਗੀਆਂ। ਉਹਦੇ ਵਿੱਚੋਂ ਇੱਕ, ਚਾਹੇ ਪੰਜਾਬ ਸਰਕਾਰ ਹੋਵੇ, ਚਾਹੇ ਹਰਿਆਣਾ ਸਰਕਾਰ ਹੋਵੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਅਤੇ ਚਾਹੇ ਹੋਰ ਸਰਕਾਰਾਂ ਹੋਣ, ਉਹ ਕਹਿੰਦੀਆਂ ਕਿ ਅਸੀਂ ਇੰਨੇ ਲੱਖ ਦੇਵਾਂਗੇ, ਇੰਨੇ ਕਰੋੜ ਦੇਵਾਂਗੇ। ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਵੀ ਫੈਸਲਾ ਕੋਈ ਮਾੜਾ ਨਹੀਂ ਗਾ ਕਿ ਚਲੋ ਜਦੋਂ ਇੱਕ ਵਾਰ ਪ੍ਰਾਪਤੀ ਕਰਤੀ ਤਾਂ ਉਸ ਪ੍ਰਾਪਤੀ ਦੇ ਲਈ ਮਾਂ ਕਿ ਜੇ ਸਰਕਾਰਾਂ ਕਰਦੀਆਂ ਨੇ। ਹਾਲਤ ਇਹ ਹੈਗੀ ਹੈ ਕਿ ਪੰਜਾਬ ਸਰਕਾਰ ਕੋਲ ਤਾਂ ਹੁਣ ਵੀ ਪੈਸੇ ਦੇਣ ਲਈ ਨਹੀਂ ਆ। ਤਾਂ ਉਸ ਹਾਲਤ ਦੇ ਵਿੱਚ ਜੇ ਅਮਰਿੰਦਰ ਸਿੰਘ ਨੇ ਇਹ ਕਿਹਾ ਕਿ ਮੈਂ ਹੱਥ ਨਾ ਬਣਾ ਕੇ ਖਾਣਾ ਖਵਾਊਂਗਾ, ਮੈਨੂੰ ਲੱਗਦਾ ਕਿ ਸਾਨੂੰ ਇਹਦਾ ਵੀ ਸਵਾਗਤ ਕਰ ਦੇਣਾ ਚਾਹੀਦਾ। ਹੁਣ ਤੁਸੀਂ ਆਖੋਗੇ ਕਿ ਇਹਦਾ ਕਿਉਂ ਸਵਾਗਤ ਕਰ ਦੇਣਾ ਚਾਹੀਦਾ? ਉਹਦੇ ਵਿੱਚ ਇਹ ਗੱਲ ਕਿ ਅਮਰਿੰਦਰ ਸਿੰਘ ਦਾ ਵੈਸੇ ਦੋ ਸ਼ੌਕ ਨੇ ਉਹਨਾਂ ਦੇ, ਇੱਕ ਸ਼ੌਕ ਹੈਗਾ ਉਹਨਾਂ ਦਾ ਕਿਤਾਬਾਂ ਲਿਖਣਾ ਅਤੇ ਦੂਜਾ ਸ਼ੌਕ ਹੈਗਾ ਉਹਨਾਂ ਦਾ ਆਪ ਹੱਥੀਂ ਖਾਣਾ ਬਣਾਉਣਾ। ਹਾਲਾਂਕਿ ਹੋਰ ਵੀ ਬਹੁਤ ਸਾਰੇ ਸ਼ੌਕ ਹੋਣਗੇ ਜਿਹਨਾਂ ਬਾਰੇ ਸਾਨੂੰ ਨਹੀਂ ਪਤਾ, ਮਹਾਰਾਜਿਆਂ ਦੇ ਵੱਡੇ ਵੱਡੇ ਸ਼ੌਕ ਹੁੰਦੇ, ਪਰ ਇਹ ਸ਼ੌਕ ਉਹਨਾਂ ਦਾ ਜ਼ਰੂਰ ਹੈਗਾ ਖਾਣਾ ਬਣਾਉਣ ਦਾ। ਜਿਹਨਾਂ ਨੇ ਕਿਹਾ ਕਿ ਮੈਂ ਆਪਦੇ ਹੱਥ ਨਾਲ ਬਣਾ ਕੇ ਖਾਊਂਗਾ, ਇਹ ਤਾਂ ਇੱਕ ਮਾਣ ਦੇਣ ਦਾ, ਇੱਕ ਸਤਿਕਾਰ ਦੇਣ ਦਾ ਇੱਕ ਢੰਗ ਹੈਗਾ, ਪਰ ਮੈਨੂੰ ਇਹ ਲੱਗਦਾ ਕਿ ਜਦੋਂ ਇੱਡੀ ਵੱਡੀ ਪ੍ਰਾਪਤੀ ਕਰਕੇ ਆਇਆ ਹੁਣ ਤਾਂ ਖਿਡਾਰੀ ਆ ਜਿਹੜੇ ਉਹ ਅੱਛੀਆਂ ਨੌਕਰੀਆਂ ਦੀ ਮੰਗ ਉਹਨਾਂ ਦੇ ਮਨ ਵਿੱਚ ਪਈ ਹੁੰਦੀ ਹੈ, ਉਹਨਾਂ ਲਈ ਕੋਈ ਨਕਦ ਇਨਾਮਾਂ ਦੀ ਵੀ ਜ਼ਰੂਰਤ ਹੁੰਦੀ ਹੈ ਕਿ ਘਰ ਦੀਆਂ ਲੋੜਾਂ ਪ੍ਰਾਪਤ ਹੋ ਜਾਣ, ਕਿ ਬਚਪਨ ਦੇ ਵਿੱਚ ਜਦੋਂ ਮਾਂ ਪਿਓ ਜਾਂ ਆਂਢੀ ਗੁਆਂਢੀ ਉਹਨਾਂ ਨੂੰ ਮਿਹਣੇ ਮਾਰਦੇ ਕਿ ਕੀ ਬਣ ਜਾਓਗੇ ਤੁਸੀਂ ਤੁਰੇ ਫਿਰਦਿਆਂ, ਗਾ ਦਾਰਾ ਬਣ ਜਾਓਗੇ, ਗਾਹ ਤੁਸੀਂ ਇੱਕ ਗੋਲਡ ਮੈਡਲ ਜਿੱਤ ਲਿਆਓਗੇ, ਤਾਂ ਉਸ ਸਥਿਤੀ ਦੇ ਵਿੱਚ ਜੇ ਉਹਨਾਂ ਨੂੰ ਸਰਕਾਰ ਕੁਝ ਘਰ ਬਣਾ ਕੇ ਦੇ ਦੇ, ਕੁਝ ਬਾਕੀ ਫਲੈਟ ਦੇ ਦੇਵੇ, ਤਾਂ ਉਹਦੇ ਨਾਲ ਜ਼ਰੂਰ ਇਹ ਕਿ ਨਵੇਂ ਜਿਹੜੇ ਖਿਡਾਰੀ ਨੇ ਉਹਨਾਂ ਵਿੱਚ ਉਤਸ਼ਾਹ ਜਾਗਦਾ। ਆਪਣੇ ਆਪ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਅਮਰਿੰਦਰ ਸਿੰਘ ਦਾ ਇਹ ਜੈਸਚਰ ਉਹ ਇੰਨਾ ਮਾੜਾ ਵੀ ਨਹੀਂ ਗਾ, ਮਜ਼ਾਕ 'ਤੇ ਤਾਂ ਜਿੰਨਾ ਮਰਜ਼ੀ ਬਣਾਇਆ ਜਾ ਸਕੇ, ਪਰ ਜੇ ਮੁੱਖ ਮੰਤਰੀ ਕਿਸੇ ਨੂੰ ਹੱਥ ਨਾ ਬਣਾ ਕੇ ਖਵਾਉਂਦਾ ਤਾਂ ਆਪਣੇ ਆਪ ਦੇ ਵਿੱਚ ਖੁਸ਼ੀ ਦੀ ਗੱਲ ਆ। ਸਾਡੇ ਘਰ ਵੀ ਜਦੋਂ ਕੋਈ ਮਹੱਤਵਪੂਰਨ ਬੰਦਾ ਆਉਂਦਾ ਅਤੇ ਅਸੀਂ ਉਹਦੇ ਅੱਗੇ ਪਲੇਟ ਕਰਦੇ ਹਾਂ ਤਾਂ ਉਹਦਾ ਮੰਤਵ ਇਹ ਹੁੰਦਾ ਕਿ ਉਹਨੂੰ ਮਾਣ ਜਾਂ ਸਤਿਕਾਰ ਦੇਣਾ।